ਦੋਸਤੋ ਸਾਝਾ ਟੀਵੀ ਦੇਖ ਰਹੇ ਹੋ ਦਵਿੰਦਰ ਸਿੰਘ ਬੈਣੀ ਪਾਲ ਵੱਲੋਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਆਪ ਸਭਰਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅੱਜ ਦੀ ਖਾਸ ਮੁਲਾਕਾਤ ਵਿੱਚ ਬੀਸੀ ਦੇ ਇਲੈਕਸ਼ਨ ਦੇ ਮੁਤਲਕ ਗੱਲਬਾਤ ਕਰਨੀ ਹੈ ਤੇ ਸਾਡੇ ਮਹਿਮਾਨ ਰਹਿਣਗੇ ਸ੍ਰੀ ਪੈਨੋਰਾਮਾ ਤੋਂ ਚੋਣ ਲੜ ਰਹੇ ਬੀਸੀ ਲਿਬਰਲ ਪਾਰਟੀ ਦੇ ਉਮੀਦਵਾਰ ਡਾਕਟਰ ਗੁਲਜ਼ਾਰ ਚੀਮਾ ਚੀਮਾ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਤੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਡਾਕਟਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਸਿਕਾ ਜਵਿੰਦਰ ਆਮ ਸੋ ਹੈਪੀ ਟੂ ਸੀ ਯੂ ਐਂਡ ਯੂ ਆਰ ਐਸ ਆਈ ਸੇ ਟੂ एवरीवन ਯੂ ਆਰ ਵਨ ਆਫ ਵੈਰੀ ਪ੍ਰੋਮਿਨੈਂਟ ਪੀਪਲ ਹੂ ਸਟਾਰਟਡ ਵੈਰੀ अर्ਲੀ ਐਂਡ ਯੂ ਹੈਵ ਕਮ ਟੂ ਅ ਲੈਵਲ ਵੇਅਰ ਇਸ ਸੋ ਪੋਜ਼ਿਟਿਵ ਆਮ ਹੈਪੀ ਟੂ ਟਾਕ ਟੂ ਯੂ ਐਂਡ ਥੈਂਕ ਯੂ ਥੈਂਕ ਯੂ ਸੋ ਮੱਚ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਅਲੱਗ-ਪੱਗ ਕੈਂਪੇਨ ਹੁਣ ਸਮਾਪਤ ਹੈ ਹੁਣ ਤੇ ਸਵੇਰ ਨੂੰ ਲੋਕਾਂ ਨੇ ਵੋਟਾਂ ਪਾ ਦੇਣੀਆਂ ਨੇ ਤੇ ਹਰ ਇੱਕ ਬੰਦੇ ਨੇ ਜਿੱਥੇ-ਜਿੱਥੇ ਹੋਟ ਪਾਉਣੀ ਸੀ ਵੋਟ ਪਾ ਚੁੱਕਿਆ ਹੋਣਾ ਸੋ ਫਾਰ ਜਿੰਨੇ ਦਿਨਾਂ ਦੀ ਤੁਸੀਂ ਕੰਪੇਨਿੰਗ ਕੀਤੀ ਹੈ ਕਿਉਂਕਿ ਮੈਂ ਵੇਖ ਰਿਹਾ ਕਿ ਪਹਿਲੀਆਂ ਚੋਣਾਂ ਨਾਲੋਂ ਬਹੁਤ ਕੁਝ ਵੱਖਰਾ ਹੈ ਨਾ ਤਾਂ ਉਹ ਉਸ ਤਰੀਕੇ ਨਾਲ ਡੋਰ ਨਾਕਿੰਗ ਕੀਤੀ ਜਾ ਸਕੀ ਨਾ ਉਸ ਤਰ੍ਹਾਂ ਵੱਡੀਆਂ ਭੀੜਾਂ ਇਕੱਠੀਆਂ ਕੀਤੀਆਂ ਜਾ ਸਕੀਆਂ ਹੁਣ ਤੱਕ ਦਾ ਸੋ ਫਾਰ ਜੋ ਕੁਝ ਵੀ ਇਸ ਕੰਪੇਨ ਦਾ ਰਿਹਾ ਕਿਵੇਂ ਲੱਗਿਆ ਜੀ ਦੇਖੋ ਲਾਈਫ ਦਾ ਕੀ ਅਸੂਲ ਹੁੰਦਾ ਹੈ ਕਿ ਜਿਹੜਾ ਤੁਹਾਡੇ ਜਿਸ ਬੰਦੇ ਨੇ ਜਾਂ ਜਿਸ ਆਰਗੇਨਾਈਜੇਸ਼ਨ ਨੇ ਜਾਂ ਜਿਸ ਕਮਿਊਨਿਟੀ ਨੇ ਯਾਨ ਜਿਸ ਗ੍ਰੂਪ ਨੇ ਕਾਮਯਾਬ ਹੋਣਾ ਉਹ ਕੰਪਲੇਨ ਕਰਨ ਦਾ ਟਾਈਮ ਸਾਡਾ ਖਤਮ ਸੀ ਜਦੋਂ ਸਾਡੀ ਇਲੈਕਸ਼ਨ ਹੋ ਗਈ ਉਹਦੇ ਹਿੱਸਾ ਨਹੀਂ ਸੀ ਵੀ ਸਾਡੇ 깔 ਮੁਸੀਬਤ ਪਈ ਹੈ ਹੁਣ ਆਪਾਂ ਇਹਨੂੰ ਸੋਲਵ ਕਿਦਾਂ ਕਰਨਾ ਮੁਸੀਬਤ ਇਸ ਤਰ੍ਹਾਂ ਵੀ ਕੋਵਿਡ-19 ਦਾ ਬੜਾ ਵੱਡਾ ਕੋ ਪੈਂਡੈਮਿਕ ਹੋਇਆ ਸਾਰਾ ਕੰਟਰੀ ਟ੍ਰੋਮਾਇਲ ਦੇ ਵਿੱਚ ਬੀਸੀ ਦੇ ਵਿੱਚ ਮੁਸ਼ਕਲ ਆ ਰਹੀਆਂ ਅੱਜ ਇੱਕ ਦੋ ਦਿਨ ਤੁਸੀਂ ਪਹਿਲਾਂ ਵੇਖਿਆ ਹੋਣਾ ਵੀ ਕੇਸਸ ਵਧਦੇ ਪਏ ਨੇ ਤੇ ਲੋਕਾਂ ਨੂੰ ਫਿਕਰ ਸੀ ਆਪਣੇ ਕੰਮਾਂ ਦਾ ਆਪਣੇ ਜੋਬਸ ਦਾ ਆਪਣੀ ਫੈਮਿਲੀ ਦਾ ਆਪਣੇ ਮਾਹੌਲ ਦਾ ਆਪਣੀ ਇਕਨੋਮੀ ਦਾ ਤੇ ਇਹਨਾਂ ਨੇ ਫੈਸਲਾ ਕਰ ਲਿਆ ਕਿ ਇਲੈਕਸ਼ਨ ਕਾਲ ਕਰਨੀ ਜੀ ਉਹ ਤੇ ਹੋ ਗਈ ਹੁਣ ਅਸੀਂ ਤੁਸੀਂ ਪੁੱਛਿਆ ਵੀ ਕਿਸ ਤਰ੍ਹਾਂ ਫੀਲ ਕਰਦੇ ਹੋ ਜੀ ਆ ਪਿਛਲੇ 4 ਹਫ਼ਤਿਆਂ ਵਿੱਚ ਆਈ ਫੀਲ ਵੈਰੀ ਪੋਜ਼ਿਟਿਵ ਮੈਂ ਬੜਾ ਮਹਿਸੂਸ ਕਰਨਾ ਕਿ ਜਿਹੜੀ ਸਾਡੀ ਮੂਵਮੈਂਟ ਚੱਲੀ ਸੀ ਉਹ ਬੜੇ ਸੋਹਣੇ ਤਰੀਕੇ ਨਾਲ ਚੱਲੀ ਪਹਿਲਾਂ ਥੋੜਾ ਸਲੋ ਸੀ ਹੌਲੀ ਹੌਲੀ ਬਿਲਡ ਕਰਦੇ ਆ ਅਸੀਂ ਇਸ ਸਟੇਜ ਤੇ ਪਹੁੰਚ ਗਏ ਕਿ ਅਸੀਂ ਆਪਣੀ ਜਿਹੜੀ ਕੈਂਪੇਨ ਦਾ ਜਿਹੜਾ ਹਰ ਇੱਕ ਹਿੱਸਾ ਸੀ ਉਹ ਸਭ ਦਾ ਸੀ ਮੈਂ ਗੁਜ਼ਾਰਚੀ ਮੈਂ ਹਾਂ ਤੇ ਮੈਂ ਜਿਹੜੀ ਕਵੈਂਟੀਆਂ ਦੇ ਜਿਹੜੀ ਆਰਗੇਨਾਈਜੇਸ਼ਨਸ ਆ ਜਾਂ ਜਾਂ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਸਾਡੀਆਂ ਜਿਹੜੀਆਂ ਘਰਾਂ ਦੇ ਵਿੱਚ ਲੇਡੀਜ਼ ਨੇ ਉਹਨਾਂ ਨੇ ਘਰਾਂ ਤੋਂ ਬੈਠ ਕੇ ਫੋਨ ਕੀਤੇ ਉਹਨਾਂ ਨੇ ਆਪਣੇ ਆਪ ਰਿਸਪੌਂਸਿਵਿਟੀ ਲਈ ਆਪ ਫੋਨ ਕੀਤੇ ਲੈ ਆਪਣਾ ਟਾਈਮ ਕੱਢ ਕੇ ਅਸੀਂ ਇਸ ਮੈਂ ਸਭ ਇਹ ਜਦੋਂ ਮੂਮੈਂਟ ਇਹੋ ਜੀ ਸ਼ੁਰੂ ਹੁੰਦੀ ਹੈ ਕਈ ਕਾਰਨ ਨੇ ਇੱਕ ਤੇ ਕਾਰਨ ਨੇ ਵੀ ਜਿਹੜੀ ਸਾਡੀ ਟੀਮ ਹੈ ਉਹਦੇ ਵਿੱਚ ਸਾਰੇ ਲੋਕ ਕਮਿਊਨਿਟੀ ਦੇ ਲੋਕ ਨੇ ਜੁੜੀ ਨਹੀਂ ਵੀ ਉਹ ਪੋਲਿਟਿਕਲ ਪਾਰਟੀ ਦੇ ਹੁਣ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਕਈ ਪਾਰਟੀਆਂ ਦੇ ਲੋਕ ਪੋਲਿਟਿਕਲ ਪਾਰਟੀ ਨਹੀਂ ਰਹਿੰਦੇ ਕਮਿਊਨਿਟੀ ਦਾ ਜਿਹੜਾ ਸਰੀ ਦੀ ਜਿਹੜੀ ਇਲੈਕਸ਼ਨ ਹੈ ਸੱਤੇ ਅੱਠੇ ਰਾਈਡੀਆਂ ਬੱਕਰੀਆਂ ਚਲਦੀਆਂ ਭੀਆਂ ਕਿਉਂਕਿ ਉਹਦੇ ਵਿੱਚ ਜਿਹੜਾ ਕਮਿਊਨਿਟੀ ਐਕਟੀਵਿਟੀ ਵਿੱਚ ਲੋਕਾਂ ਨੇ ਆ ਕੇ ਮਦਦ ਕੀਤੀ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਤਿੰਨੋਂ ਹੀ ਪਾਰਟੀਆਂ ਦੇ ਦਿਨ ਨਹੀਂ ਸੋਰੀ ਆ ਲਿਬਰਲ ਪਾਰਟੀ ਦੇ ਐਮਪੀ ਤੇ ਆਪਣੇ ਫਾਰਮਰ ਐਮਪੀ ਜਿਹੜੇ ਸਾਡੇ ਨੇ ਪੀਸੀ ਪਾਰਟੀ ਦੇ ਇਹਨਾਂ ਨੇ ਮੇਰੀ ਕੈਂਪੇਨ 'ਚ ਐਕਟਿਵ ਰੋਲ ਕੀਤਾ ਲੁਕ ਸ਼ੋਕ ਕੇ ਨਹੀਂ ਕੀਤਾ ਓਪਨਲੀ ਓਪਨਲੀ ਗੱਲ ਕੀਤਾ ਉਹਨਾਂ ਨੇ ਐਜ਼ ਅ ਇੰਡੀਵਿਜੂਅਲ ਕੀਤਾ ਕਿ ਵਾਰੀ ਪਾਰਟੀ ਦੀਆਂ ਰੈਸਟ੍ਰਿਕਸ਼ਨਾਂ ਹੁੰਦੀਆਂ ਕੰਮ ਕੀਤਾ ਇਸ ਤੋਂ ਇਲਾਵਾ ਜਿਹੜੇ ਪ੍ਰਾਣੇ ਮੇਅਰ ਨੇ ਉਹਨਾਂ ਨੇ ਕੰਮ ਕੀਤਾ ਜਿਹੜੇ ਪ੍ਰੈਜ਼ੈਂਟ ਕਾਉਂਸਲਰਸ ਨੇ ਕਾਫੀਆ ਨੇ ਕੰਮ ਕੀਤਾ ਗਈ ਇਹ ਨਹੀਂ ਅੱਗੇ ਫਰੰਟ ਤੇ ਆਉਣਾ ਚਾਹੁੰਦੇ ਐਂਡ ਆਈ ਰਿਸਪੈਕਟ ਦੈਟ ਦੇ ਹੈਵ देयर ਓਨ ਅਲਾਈਅੰਸ ਬਟ ਦੈਟਸ ਬੀਇੰਗ ਡਨ ਸੋ ਓਵਰਆਲ ਜਿਹੜਾ ਨਾ ਸਾਰਾ ਇਸ ਕੰਮ ਦੀ ਬੜੀ ਮੂਵਮੈਂਟ ਚੱਲੀ ਹੌਲੀ ਹੌਲੀ ਵਧਿਆ ਸੀ ਐਡਵਾਂਸ ਪੋਲ ਦੇ ਵਿੱਚ ਮੇਰੇ ਸਾਹਬ ਸਰੀ ਦੇ ਵਿੱਚ ਕਾਫੀ ਨੰਬਰ ਤੇ ਅਸੀਂ ਪਹੁੰਚੇ ਆ ਇਸ ਤੋਂ ਇਲਾਵਾ ਜਿਹੜਾ ਸਾਡੇ ਜਿਹੜੀ ਸਾਈਨ ਜਿਹੜੀ ਸੀ ਸਿਚੁਏਸ਼ਨ ਉਹ ਵੀ ਅਸੀਂ ਚੇਂਜ ਕੀਤੀ ਆਪਣਾ ਬੜੇ ਸੋਹਣੇ ਤਰੀਕੇ ਨਾਲ ਕੈਂਪੇਨ ਹੋਈ ਐਂਡ ਆਲਸੋ ਦਵਿੰਦਰ ਯੂ ਵਿਲ ਬੀ ਹੈਪੀ ਟੂ ਨੋ ਦੈਟ ਵੀ ਐਕਚੁਅਲੀ ਸੈਡ ਟੂ ਪੀਪਲ ਵੀ ਹੋਂ ਤੁਸੀਂ ਪੈਸੇ ਨਾ ਦਿਓ で。 ਚੈੱਕ ਨਾ ਦਿਓ ਸਾਡ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਇੰਨੀ ਸੋ ਮੱਚ ਹੁੰਦੀ ਮਣੀ ਤੁਸੀਂ ਸਪੈਂਡ ਕਰ ਸਕਦੇ ਹੋ ਤੁਹਾਡੀ ਹਾਰਡ ਅਰਨਡ ਮਣੀ ਹੈ ਤੁਹਾਡਾ ਜਿਹੜਾ ਟਾਈਮ ਹੈ 1 ਘੰਟਾ 2 ਘੰਟੇ 4 ਘੰਟੇ ਉਹ ਉਹ ਬਹੁਤ ਨੇ ਤੁਸੀਂ ਆਪਣੀ ਘਰ ਤੇ ਗੈਸ ਖਰਚ ਕਰਦੇ ਹੋ ਫੂਡ ਲੈ ਕੇ ਆ ਰਹੇ ਹੋ ਫੋਨ ਤੇ ਕਰਦੇ ਪਏ ਆਪਣੇ ਤੁਸੀਂ ਆਪਣੀਆਂ ਟੈਕਸੀਆਂ ਸਾਨੂੰ ਆਫਰ ਕੀਤੀਆਂ ਨੇ ਪਰਸਨਲ ਕਾਰਾਂ ਆਫਰ ਕੀਤੀਆਂ ਨੇ 6 ਦਿਨ ਤੁਸੀਂ 8 ਵਜੇ ਤੋਂ ਲੈ ਕੇ 8 ਵਜੇ ਤੱਕ ਲੋਕਾਂ ਨੂੰ ਖੜ੍ਹਾ ਲੋਕਾਂ ਨੇ 휠ਚੇਅਰ ਯੂਜ਼ ਕੀਤੀਆਂ ਇੱਕ ਅੰਕਲ ਜੀ ਸੀ ਉਹਨਾਂ ਨੇ ਆਪਣੀ ਮਿਸਸ ਨੂੰ 휠ਚੇਅਰ ਤੇ ਲਾ ਗਏ ਨੇ ਇੱਕ ਸੀ ਘਰ ਸਨ ਉਹ ਮੈਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਮੈਂ ਵੋਟ ਕਿਸ ਤਰ੍ਹਾਂ ਪਾਵਾਂ ਤੇ ਆਂਟੀ ਜੀ ਨੇ ਕਿਹਾ ਵੀ ਮੈਂ ਕੋਈ ਜ਼ਰਚੀ ਨਹੀਂ ਵੋਟ ਪਾਣੀ ਹੈ ਮੈਨੂੰ ਜਿਸ ਤਰ੍ਹਾਂ ਮਰਜੀ ਖੜੋ ਇਲੈਕਸ਼ਨ ਪੀਸੀ ਨੂੰ ਫੋਨ ਕਰੋ ਮੈਂ ਇੱਥੇ ਕੰਮ ਕਰਨਾ ਸੋ ਇਹੋ ਜੀਆਂ ਗੱਲਾਂ ਹੋਈਆਂ ਸਾਡੇ ਤੇ ਉਹ ਮੈਂ ਸਮਝਦਾ ਵੀ ਮੈਂ ਕੱਲਾ ਨਹੀਂ 1000 ਮੇਰੇ ਨਾਲ ਮੈਂ ਕਹਿ ਸਕਦਾ ਮੈਂ ਹਜ਼ਾਰ ਵਲੰਟੀਅਰ ਹੋਣਾ ਹੂੰ ਕਿਉਂਕਿ ਜਿਹੜਾ ਹਰ ਘਰ ਦੇ ਵਿੱਚ ਇੱਕ ਇੱਕ ਬੰਦਾ ਬੈਠਾ ਹੋ ਉਹ ਆਪਣੇ ਆਪ ਨੂੰ ਗੁਲਜ਼ਾਰ ਸੀਮਾ ਸਮਝ ਰਿਹਾ ਉਹ ਸਮਝਦਾ ਵੀ ਇਹ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਕਮਿਊਨਿਟੀ ਵਿੱਚ ਐਕਟੀਵਿਟੀਆਂ ਹੈਗੀਆਂ ਨੇ ਆਪਣਾ ਜਿਹੜਾ ਜਿਹੜੇ ਬਜ਼ੁਰਗ ਨੇ ਸਾਡੇ ਉਹ ਸਮਝਦੇ ਸਾਡਾ ਬੱਚਾ ਮਾਂ ਸਮਝਦੀ ਵੀ ਮੇਰਾ ਪੁੱਤਰੀ ਹੈ ਤੇ ਜਿਹੜੇ ਮੇਰੀ ਇਹ ਦਿਨ ਸਾਡਾ ਭਰਾ ਖੜਾ ਕਿਉਂਕਿ ਇਸ ਸਮੇਂ ਦੇ ਵਿੱਚ ਉਹਨਾਂ ਨੇ ਸਤਾਈ ਸਾਲ ਮੇਰ ਨਾਲ ਡੀਲ ਕੀਤਾ ਤੁਸੀਂ ਮੇਰ ਨਾਲ ਡੀਲ ਕੀਤਾ ਤੁਸੀਂ ਮੈਨੂੰ ਦੱਸੋ ਵੀ ਕਦੀ ਕਿਸੇ ਨਾਲ ਕੋ ਕਿੰਤੂ ਪਰੰਤੂ ਹੋਇਆ ਕਿਸੇ ਨਾਲ ਉੱਚੀ ਆਵਾਜ਼ ਨਾਲ ਬੋਲੇ ਹਾਂ ਕਿਸੇ ਨੂੰ ਮੈਂ ਪੁੱਛਿਆ ਕਦੀ ਵੀ ਤੁਸੀਂ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਹੋ ਕਿੱਥੋਂ ਹੁੰਦੇ ਹੋ ਤੁਸੀਂ ਕਿਹੜਾ ਤੁਹਾਡਾ ਪਿੰਡ ਹੈ ਸ਼ਹਿਰ ਹੈ ਜਦੋਂ ਮੈਨੂੰ ਨੇਰੇ ਸਵੇਰੇ ਕਿਸੇ ਨੇ ਫੋਨ ਕੀਤਾ ਕੁਦਰਤ ਵੱਲੋਂ ਮੇਰੇ ਕੋ ਰਿਸੋਰਸਸ ਸਨ ਮੇਰੇ ਕੋ ਘਰੋਂ ਬੜੀ ਵੱਡੀ ਫੈਮਿਲੀ ਦੀ ਸਪੋਰਟ ਹੈ ਸੋ ਇਸ ਕਰਕੇ ਮੈਂ ਸਾਰੇ ਕੰਮ ਕਰ ਸਕਿਆ ਹਰ ਐਕਟੀਵਿਟੀ ਦਾ ਪਾਰਟਿਸਿਪੇਟ ਕੀਤਾ ਓਲਟੀਆ ਵਰਕ ਚ ਤੁਹਾਡਾ ਮੇਰੇ ਖਿਆਲ ਦੇ ਵਿੱਚ ਕੋਈ ਸਾਨੀ ਨਹੀਂ ਕੋਈ ਕੋਈ ਕਹਿ ਨਹੀਂ ਸਕਦਾ ਵੀ ਨੇ ਕੀਤਾ ਤੁਸੀਂ ਵੀ ਕੀ ਵਾਰੀ ਕਹਿਣਾ ਵੀ ਤੁਸੀਂ ਕੰਮ ਕਦੋਂ ਕਰਦੇ ਹੋ ਮੈਂ ਆਪਣਾ ਕੰਮ ਵੀ ਕਰਦਾ ਪਰ ਇਸੇ ਕਰਕੇ ਜਿਹੜੀ ਮੇਰੀ ਕੈਂਪੇਨ ਹੈ ਇਹ ਬਿਕਮ ਇੱਕ ਕਮਿਊਨਿਟੀ ਕੈਂਪੇਨ ਹੂੰ ਡਾਕਟਰ ਸਾਹਿਬ ਇੱਕ ਹੋਰ ਦੱਸੋ ਤੁਹਾਡੀ ਇਹ ਕੋਈ ਪਹਿਲੀ ਚੋਣ ਨਹੀਂ ਤੁਸੀਂ ਮੈਨੀਟੋਬਾ ਦੇ ਵਿੱਚ ਵੀ ਚੋਣ ਜਿੱਤੀ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਚੋਣ ਜਿੱਤੀ ਤੁਸੀਂ ਮੈਂਟਲ ਹੈਲਥ ਮਿਨਿਸਟਰੀ ਦਾ ਪੋਰਟਫੋਲੀਓ ਵੀ ਤੁਹਾਡੇ ਕੋਲ ਰਿਹਾ ਉਹਨਾਂ ਨਾਲੋਂ ਸੱਚੀ ਜਦੋਂ ਉਹ ਚੋਣਾਂ ਲੜੀਆਂ ਸੀ ਤੁਸੀਂ ਉਦੋਂ ਵੀ ਇੰਨੀ ਮਿਹਨਤ ਕਰਨੀ ਪਈ ਸੀ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਸਮਾ ਵੀ ਬਦਲਿਆ ਤੇ ਢੰਗ ਵੀ ਬਦਲੇ ਦੇਖੋ ਪਹਿਲਾਂ ਤੇ ਕਰਾਂ ਗੱਲ ਮਿਹਨਤ ਦਾ 88 ਦੇ ਵਿੱਚ ਜਿਹੜੀ ਕੈਂਪੇਨ ਸੀ ਨਾ ਉਹਦੇ ਬੜਾ ਪੈਸ਼ਨ ਸੀ ਅੱਛਾ ਔਰ ਸਟਰੈਂਸ ਸੀ ਬੜਾ ਪੈਸ਼ਨ ਸੀ ਹਾਰਡਵਰਕ ਸੀ ਅਖੀਰਲੇ ਦਿਨ ਤੱਕ ਸਾਨੂੰ ਕੰਮ ਕਰਨਾ ਪਿਆ ਤੇ ਉਹਦੇ ਵਿੱਚ ਐਕਸਾਈਟਮੈਂਟ ਬੜੀ ਸੀ ਲੋਕੀ ਇਸੇ ਤਰੀਕੇ ਨਾਲ ਭਾਵਨਾਵਾਂ ਨਾਲ ਜੁੜੇ ਸਨ ਤੇ ਸਾਰੀਆਂ ਕਮਿਟੀਆਂ ਨਾਲ ਲੈ ਕੇ ਤੁਰੇ ਸੀ ਉਹ ਇੱਕ ਇਤਿਹਾਸ ਸੀ ਉਹ ਜਿਹੜਾ ਇਤਿਹਾਸ ਦਾ ਦਰਵਾਜ਼ਾ ਖੋਲ੍ਹਿਆ ਉਹ ਲੋਕਾਂ ਦੀ ਮੈ ਸਭ ਨੇ ਬੜੀ ਮਿਹਰਬਾਨੀ ਸੀ ਉਸ ਪ੍ਰੋਵੈਂਸ ਦੀ ਉਸ ਸ਼ਹਿਰ ਦੀ ਜਿੱਥੇ ਕਿ ਸਾਡੇ ਲੋਕ ਬਹੁਤ ਘੱਟ ਸਨ 88 ਦੇ ਵਿੱਚ ਬੜਾ ਵੱਡਾ ਬੜਾ ਵੱਡਾ ਉਹਨਾਂ ਸਾਨੂੰ ਉੱਚਾ ਕੀਤਾ ਉਹ ਮੈਂ ਕਦੇ ਨਹੀਂ ਭੁੱਲ ਸਕਦਾ ਇਥੋਂ ਦੀ ਮੈਂ ਗੱਲ ਕਰਨਾ ਦੋ ਇਲੈਕਸ਼ਨਾਂ ਵਿੱਚ ਹੋਰ ਵੀ ਕੀਤੀਆਂ ਸੀ ਪਰ ਜਿੰਨੀ ਮੈਨੂੰ ਐਸ ਇਲੈਕਸ਼ਨ ਦੇ ਵਿੱਚ ਸਪੋਰਟ ਹੈ ਜਾਂ ਮੈਨੂੰ ਲੋਕਾਂ ਦਾ ਉਤਸ਼ਾਹ ਹੈ ਲੋਕੀ ਮੇਰੇ ਨਾਲ ਤੁਰਦੇ ਪਏ ਨੇ ਇਹ ਵੀ ਕਹਿ ਕੇ ਪੁਲਜੋ ਪਾਰਟੀ ਸਾਡੀ ਉਹ ਪਹਿਲੀ ਵਾਰੀ ਅਸੀਂ ਪਤਾ ਨਹੀਂ ਕਿਹਨੂੰ ਪਾਈਏ ਕਿਹੜੀ ਪਾਰਟੀ ਉਹ ਗੱਲ ਹੀ ਨਾ ਕਰੋ ਅਸੀਂ ਤੁਹਾਨੂੰ ਵੋਟ ਪਾ ਰਹੇ ਹਾਂ ਤੁਹਾਡੇ ਨਾਲ ਤੁਰਨਾ ਤੁਸੀਂ ਸਾਡੇ ਕੰਮ ਕਰਨੇ ਨੇ ਸਾਡਾ ਜਿਹੜਾ ਮੇਨ ਕੰਮ ਹੈ ਇੱਕ ਹੈ ਇੰਟੈਗ੍ਰਿਟੀ ਓਨੈਸਟੀ ਜਿਹੜੀ ਨੂੰ ਬਹੁਤ ਇੰਪੋਰਟੈਂਟ ਇਨਗਰੀਡੀਐਂਟ ਹੈ ਕਿਸੇ ਵੀ ਸਿਆਸਤਦਾਨ ਦਾ ਕਮਿਊਨਿਟੀ ਵਰਕ ਵਰਕਰ ਦਾ ਕਮਿਊਨਿਟੀ ਨੂੰ ਲੀਡ ਕਰਨ ਵਾਲੇ ਲੋਕ ਨੇ ਉਹ ਇਹ ਗੱਲ ਨੂੰ ਸੋਚਦੇ ਪਏ ਨੇ ਵੀ ਇਸ ਏਜ ਦੇ ਵਿੱਚ 60 ਸਾਲ ਦੀ ਉਮਰ ਦੇ ਵਿੱਚ ਇਹ ਇਹ ਬੰਦਾ ਇਹ ਇਨਸਾਨ ਆਪਣਾ ਸਾਰਾ ਕੰਮ ਛੱਡ ਕੇ ਇੱਧਰ ਇੱਧਰ ਕਿਉਂ ਆ ਗਿਆ ਜਦੋਂ ਕਿ ਮੈਂ ਤੁਹਾਨੂੰ ਪਤਾ ਵੀ ਆਪਾਂ ਸਾਰੇ ਪਾਸੇ ਇਨਵੋਲਵ ਸੀ ਫੈਡਰਲੀ ਅਸੀਂ ਕੰਮ ਕਰਨੇ ਆ ਪਰ ਕਦੀ ਮੈਂ ਆਪਣਾ ਕੰਮ ਤੇ ਨਹੀਂ ਛੱਡਿਆ ਆਪਣਾ ਮੈਂ ਕੰਮ ਕਰਨਾ ਕਮਿਊਨਿਟੀ ਦੇ ਕੰਮ ਵਿੱਚ ਮੈਂ ਰਿਹਾ ਸੋ ਆ ਜਿਹੜੀ ਮੋਮੈਂਟ ਹੈ ਨਾ ਦਿਸ ਇਜ਼ ਗੁੱਡ ਫਾਰ एवरीवन ਜਿਹੜੇ ਜਿਹੜੇ ਵੀ ਮੇਰੇ ਨਾਲ ਇਨਵੋਲਵਮੈਂਟ ਜਿਨ੍ਹਾਂ ਨੇ ਕੀਤੀ ਹੈ ਮੈਂ ਇਹਨਾਂ ਨੂੰ ਕਿਹਾ ਇਸ ਤੋਂ ਕੋਈ ਇੱਕ ਇੱਕ ਚੀਜ਼ ਸਿੱਖੋ ਕਿ ਲੋਕਾਂ ਨਾਲ ਗੱਲਬਾਤ ਕਿੱਦਾਂ ਕਰਨੀ ਇੱਕ ਦੂਜੇ ਨਾਲ ਮਿਲ ਕੇ ਕਿੱਦਾਂ ਰਹਿਣਾ ਇੱਕ ਰੌਂਡ ਟੇਬਲ ਤੇ ਕਿਸ ਤਰ੍ਹਾਂ ਬਹਿਣਾ ਜੀ ਕਿਉਂਕਿ ਸਾਡੀ ਜਿਹੜੀ ਕਮਿਊਨਿਟੀ ਸਾਨੂੰ ਕੀ ਵਾਰੀ ਹੁੰਦਾ ਵੀ ਇਸ ਟੇਬਲ ਤੇ ਦੋ ਸਾਡੇ ਜਾਂ ਤਿੰਨ ਐਮਪੀ ਨੇ ਬਸ ਇਹਨਾਂ ਨੂੰ ਆਪਾਂ ਨੇ ਕਿਸ ਤਰ੍ਹਾਂ ਗੱਲ ਕਰਨੀ ਹੈ ਹਮ ਫਸਟ ਟਾਈਮ ਇਨ ਬੀਸੀ ਹਿਸਟਰੀ ਸਰੀ ਦੇ ਵਿੱਚ ਸਾਰੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਮੇਰੇ ਨਾਲ ਖੜੇ ਨੇ ਮੋਢਾ ਨਾਲ ਮੋਢਾ ਜੋੜ ਕੇ ਐਂਡ ਪੂਰਾ ਕੰਮ ਕਰਦੇ ਬੈਨੇ ਕੋਈ ਐਫਰੰਟ ਬਾਰਟੀ ਵੀ ਕਿੰਨੇ ਅੱਗੇ ਜਾਣਾ ਕਿੰਨੇ ਪਿੱਛੇ ਜਾਣਾ ਇਸ ਬੋਰਸਰੀ ਇਸਪੋਰਸਰੀ ਪੈਨਰਮਾ ਇਸ ਬੋਰ ਬ੍ਰਿਟਿਸ਼ ਕੋਲੰਬੀਆ ਜਿਹੜੀ ਜਿਹੜੀ ਆਪਣੀ ਜਿਹੜੀ ਪੋਲਿਟਿਕਸ ਦੇ ਲੋਕਾਂ ਨੇ ਉਹਨੂੰ ਛੱਡਦਾ ਮੈਂ ਸਮਝਦਾ ਵੀ ਗੁੱਡ ਸਟਾਰਟ ਹੈ ਮੇਰੇ ਤੋਂ ਬਾਅਦ ਲੋਕ ਜਿਹੜੇ ਆਉਣਗੇ ਇਸ ਚੀਜ਼ ਨੂੰ ਇੱਕ ਮਾਡਲ ਬਣੇਗਾ ਇਸ ਜਿਹੜੀ ਸਾਡੀ ਇਲੈਕਸ਼ਨ ਨੇ ਕੋਵਿਡ 19 ਦੀ ਮੈਂ ਤੁਹਾਨੂੰ ਬੜੀ ਮੈਂ ਸਮਝਦਾ ਵੀ ਇਹਦੇ ਵਿੱਚ ਲੋਕ काफ़ी बच्चों ने सीखी सीखी सीखना इंडस्ट्री ने बड़ा सीखा कैंपेन किस तरह करनी है गलबात किस तरह करनी है जूम अपने वर्चुअल मीटिंग्स कितना किस तरह करनी है सेम असी कनेक्शन बनाया मेरे हिसाब न इट वर्कट आउट बेस्ट क्योंकि क्यों मैं कह रहा हूं आउट बेस्ट बिकॉज जेड़ा मेरा द ਉਹਨਾਂ ਕਨੈਕਸ਼ਨ ਨੇ ਉਹ ਡਾਇਰੈਕਟ ਲੋਕ ਲੋਕਾਂ ਨਾਲ ਮੈਨੂੰ ਇਹ ਜਾ ਕੇ ਹਜ਼ਾਰ ਬੰਦਾ ਇਕੱਠੇ ਕਰਨ ਦੀ ਜਰੂਰਤ ਮੇਰੇ ਵਾਸਤੇ ਹਜ਼ਾਰ ਵਲੰਟੀਅਰ ਬੈਠਾ ਜਿਹੜਾ ਕਿ ਹਰ ਘਰ ਦੇ ਵਿੱਚ ਕੋਈ ਨਾ ਕੋ ਹੈਗਾ ਜਿਹਦੇ ਨਾਲ ਮੈਂ ਕਨੈਕਟਡ ਹਾਂ ਕਿਸੇ ਨਾ ਕਿਸੇ ਕੰਮ ਕਰਕੇ ਕੋਈ মিডিਆ ਆਊਟਲੈਟ ਨਹੀਂ ਮੈਂ ਕਹਿ ਸਕਦਾ ਕੋਈ ਬਾਇਸ ਨਹੀਂ ਆਊਟ ਆਫ ਦੀ ਵੇਜਾ ਕੇ ਮੇਰੀ ਉਹਨਾਂ ਹੈਲਪ ਹੈਲਪ ਕੀਤੀ ਐ ਸਮ ਟਾਈਮ ਮੈਂ ਇਹ ਵੀ ਕਹਿਣਾ ਵੀ ਮੈਨੂੰ ਤਿੱਖੇ ਸਵਾਲ ਵੀ ਪੁੱਛ ਲਓ ਹੂੰ ਕਹਿੰਦਾ ਵੀ ਨਹੀਂ ਵੀ ਤਿੱਖੇ ਸਵਾਲ ਤੇ ਕਹਿੰਦੇ ਜਦੋਂ ਵਿਨ ਕਾ ਜਾਓਗੇ ਪੁੱਛਾਂ ਕਰਾਂਗੇ ਪਰ ਆਹ ਕੰਮ ਐ ਕਮਿਊਨਿਟੀ ਦਾ ਕੰਮ ਐ ਐਂਡ ਮੈਂ 2001 ਦੀ ਤੁਹਾਨੂੰ ਗੱਲ ਸੁਣਾਣਾ ਜੀ ਜੀ 18 ਸਾਊਥ ਏਸ਼ੀਅਨ ਬੰਦੇ ਕੰਮ ਕਰਤ ਕਰਦੇ ਜਦੋਂ ਮੈਂ ਸਰਕਾਰ ਦੇ ਵਿੱਚ ਸੀ ਜੀ ਤੇ ਉਸ ਸਮੇਂ ਬਾਅਦ ਹੁਣ ਮੈਨੂੰ ਨਹੀਂ ਪਤਾ ਕਿੰਨੇ ਕੰਮ ਕਰਦੇ ਨੇ ਕਿਹਦਾ ਕੋਈ ਕਿਸੇ ਕੋਲ ਡਾਕਟਰ ਮੈਂ ਤੁਹਾਨੂੰ ਇਹੀ ਪੁੱਛਣ ਲੱਗਾ ਸੀ ਮਰ ਲਓ ਕੱਲ ਨੂੰ ਤੁਸੀਂ ਚੋਣ ਜਿੱਤ ਜਾਂਦੇ ਹੋ ਤੁਹਾਡੀ ਪਾਰਟੀ ਵੀ ਚੋਣਾਂ 'ਚ ਜਿੱਤ ਜਾਂਦੀ ਹੈ ਬੀਸੀ ਲਿਬਰਲ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਕੀ ਉੱਥੇ ਜਿਹੜੀ ਮਿਨੋਰਟੀ ਆ ਰਿਫਲੈਕਟ ਹੋਏਗੀ ਪਤਾ ਲੱਗੇਗਾ ਜਾਂ ਫਿਰ ਜੋ ਕੁਝ ਪਹਿਲਾਂ ਚੱਲਦਾ ਆ ਰਿਹਾ ਉਹੀ ਕੁਝ ਹੋਏ ਮੇਰੇ ਹੁੰਦਿਆਂ ਜੀ ਇਹ ਕੰਮ ਕੰਮ ਨਹੀਂ ਹੋਣਾ ਮੇਰੇ ਹੁੰਦੇ ਆ ਜਿਹੜੀ ਮੇਰੀ ਪ੍ਰੈਜੈਂਸ ਹੈ ਜਾਂ ਜਿੰਨਾ ਲੋਕਾਂ ਦੀ ਮੈਂ ਹਜ਼ਾਰ ਲੋਕ ਹਜ਼ਾਰਾਂ ਲੋਕਾਂ ਦੀ ਐਸਪੀਰੇਸ਼ਨ ਅੱਗੇ ਲੈ ਕੇ ਜਾ ਰਿਹਾ ਮੈਂ ਆਪਣਾ ਸਾਰਾ ਕੰਮ ਛੱਡ ਕੇ ਆਪਣੀ ਜਿਹੜੀ ਫਾਈਨੈਂਸ਼ੀਅਲ ਜਿਹੜੀ ਹੈ ਨਾ ਹਾਲਤ ਨੂੰ ਮੈਂ ਛੱਡ ਕੇ ਜਾ ਰਿਹਾ ਕੋਈ ਪਰਪਸ ਹੈ ਉਹਦਾ ਮਕਸਦ ਹੈ ਇਹ ਆਪਾਂ ਨੇ ਸਾਰਿਆਂ ਨੇ ਇੱਕ ਮੂਮੈਂਟ ਕੀਤੀ ਹੈ ਕ੍ਰੀਟ ਕੇ ਸਾਊਥ ਏਸ਼ੀਅਨ ਜਾਂ ਪੰਜਾਬੀ ਭਾਈਚਾਰਾ ਸਾਊਥ ਏਸ਼ੀਅਨ ਲੋਕ ਪੰਜਾਬੀ ਵਿੱਚ ਪੰਜਾਬੀ ਮੁਸਲਮਾਨੀ ਹੁੰਦੇ ਨੇ ਪੰਜਾਬੀ ਆਪਣੇ ਵੀ ਆਉਂਦੇ ਨੇ ਇਸ ਪਾਸਿਓਂ ਇਸ ਤੋਂ ਸਲਾਹ ਵਾ ਜਿਹੜੇ ਬਾਕੀ ਕਮਿਊਨਿਟੀ ਦੇ ਮੈਂਬਰ ਨੇ ਜਿਹੜੀਆਂ ਹਰ ਕਮਿਊਨਿਟੀ ਦੇ ਲੋਕ ਜੁੜੇ ਨੇ ਮਿਨੋਰਟੀ ਜਿੰਨੀਆਂ ਵੀ ਜੁੜੀਆਂ ਨੇ ਉਹ ਸਮਝਦਿਆਂ ਨੇ ਵੀ ਅਸੀਂ ਹੁਣ ਇਹਨੂੰ ਥੋੜਾ ਜਿਹਾ ਉੱਪਰ ਖੜਕੜੀਏ ਇਹ ਇਹ ਕੋਈ ਆਸਾਨ ਨਹੀਂ ਹੋਣਾ ਜੀ ਦਾ ਆਈ ਡੋਨਟ ਆਈ ਬਲੀਵ ਥੈਟ देयर ਹਾਸ ਟੂ ਬੀ ਇਕੁਅਲ ਫੀਲਡ ਪਰ एवरीवन ਇਫ ਯੂ ਆਰ ਕੈਪੇਬਲ ਯੂ ਕੈਨ ਡੂ ਇਟ ਵਾਈ ਨਾਟ ਆਈ ਆਈ ਡੋਨਟ ਥਿੰਕ ਦਾ ਕੋਈ ਇਹਨਾਂ ਗੱਲਾਂ ਦਾ ਕੋਈ ਫਰਕ ਪੈਣਾ ਬਟ ਜਿਹੜਾ ਜਿਹੜੇ ਗਲਾਸ ਸੀਲਿੰਗ ਦੇ ਬੈਰੀਅਰ ਨੇ ਉਹ ਤੋੜਨੇ ਪੈਣੇ ਨੇ ਤੋੜਨੇ ਤਾਂ ਹੁਣ ਹੁਣ ਇਹਨੇ ਜੇ ਜਿੰਨੀ ਸਟਰੈਂਥ ਨਾਲ ਮੈਂ ਉੱਥੇ ਜਾ ਰਿਹਾ ਜਾਵਾਂਗਾ ਉਨੀ ਹੀ ਮੈਂ ਕੰਮ ਕਰ ਸਕਦਾ ਤੁਹਾਡੇ ਵਾਸਤੇ ਸਾਰਿਆਂ ਲਈ ਕਈ ਵਾਰੀ ਲੋਕੀ ਕਹਿੰਦੇ ਨੇ ਵੀ ਤੁਸੀਂ ਐਮਐਲਏ ਇਕੱਲਾ ਕੀ ਕਰ ਸਕਦਾ ਹੈ ਕੋਈ ਵੀ ਕੈਂਡੀਡੇਟ ਕਿਤੇ ਵੀ ਇਕੱਲਾ ਬੜਾ ਕੁਝ ਕਰ ਸਕਦਾ ਇੱਕ ਬੰਦਾ ਹੀ ਸਾਰੇ ਸਾਰਾ ਸਿਸਟਮ ਹਿਲਾ ਸਕਦਾ ਅਸੀਂ ਹੁਣ ਪਿਛਲੇ 28-32 ਦਿਨਾਂ ਵਿੱਚ ਕਿੰਨੀਆਂ ਪਾਲਸੀਆਂ ਤੇ ਇਨਫਲੂਐਂਸ ਕੀਤਾ ਟੈਕਸੀ ਇੰਡਸਟਰੀ ਦੀ ਪਾਲਸੀ ਤੇ ਮੈਂ ਕਿੰਨਾ ਕੰਮ ਕੀਤਾ ਟਰੱਕਿੰਗ ਵਾਲਿਆਂ ਦਾ ਕੰਮ ਕੀਤਾ ਬਿਜ਼ਨਸ ਕਮਿਊਨਿਟੀ ਨੂੰ ਮਿਲਿਆ ਇਸ ਤੋਂ ਇਲਾਵਾ ਜਿਹੜੇ ਫਾਰਮਿੰਗ ਕਮਿਊਨਿਟੀ ਨਾਲ ਗੱਲਬਾਤ ਕੀਤੀ ਹੈ মিডিਆ ਨਾਲ ਗੱਲਬਾਤ ਕੀਤੀ ਹੈ ਸਾਊਥ ਏਸ਼ੀਅਨ মিডিਆ ਨੂੰ ਪਾਈਚਾਰਿਆਂ ਨੂੰ ਕਿਉਂ ਨਹੀਂ ਪੂਰੀ ਰਿਸਪੈਕਟ ਮਿਲਦੀ ਹਾਂ ਜੇ ਉਹਨਾਂ ਨੇ ਕਹਿੰਦੇ ਵੀ ਤੁਸੀਂ ਬਸ ਜੀ ਦੂਰੋਂ ਦੂਰੋਂ ਗੱਲ ਕਰੋ ਜਿਸ ਰਾਂ ਬਾਕੀਆਂ ਨੇ ਇਨਵਾਈਟ ਕਰਦੇ ਨੇ ਉਸ ਤੁਹਾਨੂੰ ਉਸ ਰਾਂ ਇਨਵਾਈਟ ਕਰਨਾ 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 ਤਾਂ ਉਸ ਰਾਂ ਤੁਹਾਡੀ ਰਿਸਪੈਕਟ ਹੋਣੀ ਹੈ ਐਕਸੈਸ ਉਸ ਹਿਸਾਬ ਨਾਲ ਹੋਣੀ ਜਦੋਂ ਜਦੋਂ ਬੋਲੀਆਂ ਸਾਡੀ ਦੇਖੋ ਫਾਰ ਇਗਜ਼ਾਮਪਲ ਵੀ 10 ਬੋਲੀਆਂ ਬੋਲੀਆਂ ਜਾਂਦੇ ਨੇ ਸਰੀ ਦੇ ਵਿੱਚ ਤੇ ਜਦੋਂ 10 ਬੋਲੀਆਂ ਦੇ ਵਿੱਚ ਜਿਹੜੀ ਇੱਕ ਬੋਲੀ ਹੈ ਪੰਜਾਬੀ ਜਾਂ ਹਿੰਦੀ ਜਾਂ ਉਰਦੂ ਹੈ ਜਾਂ ਪਾਰਸੀ ਹੈ ਜਾਂ ਦੂਜੀਆਂ ਜਿਹੜੀਆਂ ਮੰਡਰ ਮੰਡਰਨ ਨੇ ਕੋਈ ਲੈਂਗੁਏਜ ਹੈ ਜਿਹੜੀ ਉਹਨਾਂ ਦੇ ਲੋਕਾਂ ਨੂੰ ਤੁਸੀਂ ਕਿਉਂ ਨਹੀਂ ਕਰਦੇ ਇਲੈਕਸ਼ਨ ਦੇ ਟਾਈਮ ਤੇ ਟ੍ਰਾਂਸਲੇਸ਼ਨ ਕਰਦੇ ਪਿਓ ਤੇ ਜਦੋਂ ਬੱਸ ਕਿਉਂ ਨਹੀਂ ਜਦੋਂ ਅਸਲੀ ਕੰਮ ਹੈ ਉਦੋਂ ਤੁਸੀਂ ਗੱਲ ਗੱਲ ਨਹੀਂ ਕਰਦੇ ਫਿਰ ਕਹਿਣਾ ਵੀ ਨਹੀਂ ਜੀ ਨਹੀਂ ਮੈਂ ਬਾਕੀਆਂ ਨੂੰ ਅਪਰੋਚ ਕਰਨਾ ਜਦੋਂ ਜਦੋਂ ਜਾ ਕੇ ਤੁਸੀਂ ਟ੍ਰਾਂਸਲੇਸ਼ਨ ਕਰਾ ਰਹੇ ਹੋ ਟਾਈਮ ਤੇ ਕਿਉਂ ਨਹੀਂ ਗੱਲ ਕਰਦੇ ਸੋ ਆਈ ਐਮ ਕਮਿਟਿਡ ਵੀ ਇਸ ਗੱਲ ਨੂੰ ਮੈਂ ਚੇਂਜ ਕਰਾਂਗਾ ਐਂਡ ਚੇਂਜ ਕਰਕੇ ਤੁਹਾਡੇ ਕੋਲ ਵਾਪਸ ਆਵਾਂਗਾ ਕਾਕਾ ਸਾਹਿਬ ਹੁਣ ਇੱਕ ਹੋਰ ਦੱਸਿਓ ਕੋਈ ਵੀ ਪਾਰਟੀ ਆ ਪਾਰਟੀ ਦੀ ਕੋਈ ਵਿਧੀ ਆ ਕੋਈ ਵਿਧਾਨ ਆ ਵਪ ਜਾਰੀ ਹੋ ਜਾਂਦੇ ਨੇ ਕਿ ਆ ਤੁਸੀਂ ਕੰਮ ਕਰਨਾ ਹੀ ਆ ਤੁਸੀਂ ਕੰਮ ਨਹੀਂ ਕਰਨਾ ਮਾਰ ਲਓ ਤੁਸੀਂ ਚੁਣ ਕੇ ਉੱਥੇ ਚਲੇ ਜਾਂਦੇ ਹੋ ਤੁਹਾਡੀ ਸਰਕਾਰ ਆ ਜਾਂਦੀ ਹੈ ਕੀ ਤੁਹਾਡਾ ਤੁਹਾਡੀ ਆਵਾਜ਼ ਬੁਲੰਦ ਰਹੇਗੀ ਜਾਂ ਜੋ ਕੁਝ ਪਾਰਟੀ ਕਹਿੰਦੀ ਹੈ ਜਾਂ ਜੋ ਕੁਝ ਬਾਕੀ ਦੇ ਕਹਿੰਦੇ ਨੇ ਤੁਸੀਂ ਉਹਨਾਂ ਦੀ ਹਾਂ ਚ ਹੋਂਗਾਰੇ ਪਰੋ ਦੇਖੋ ਜਿਹੜੇ ਮੇਨ ਮੁੱਦੇ ਨੇ ਜੀ ਉਹਦੇ ਤੇ ਜਿਹਨਾਂ ਲੋਕਾਂ ਨੇ ਸਰੀਰ ਤੇ ਵਾਦਾ ਕੀਤਾ ਜੇ ਕੋਈ ਵੀ ਪਾਰਟੀ ਦੇ ਸਟਰਕਚਰ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕਰੇਗਾ ਮੈਂ ਅਨਜ਼ਰ ਸਾਥ ਨਹੀਂ ਦੇਣਾ ਹਮ ਇਹ ਤੇ ਕਲੀਅਰ ਹੈ ਸਾਰਿਆਂ ਨੂੰ ਪਤਾ ਮੇਰੇ ਮੇਰੇ ਸੁਭਾ ਦਾ ਜੀ ਬਿਲਕੁਲ ਪਤਾ 2001 ਦਾ ਵੀ ਪਤਾ ਤੇ ਹੁਣ ਵੀ ਪਤਾ ਮੈਂ ਖੜਾ ਜਿਹੜੇ ਲੋਕਾਂ ਨੇ ਮੈਨੂੰ ਵੋਟ પાਕੇ ਭੇਜਣਾ ਮੈਂ ਉਹਨਾਂ ਦੀ ਆਵਾਜ਼ ਬੰਨਾਂ ਇੱਕ ਟਾਈਮ ਸੀ 2001 ਦੇ ਵਿੱਚ ਜਦੋਂ ਅਸੀਂ ਸਾਡੀ ਸਰਕਾਰ ਬਣੀ ਸੀ ਤਿੰਨ ਸਾਲ ਕਿਸੇ ਟੈਕਸੀ ਵਾਲੇ ਨੂੰ ਕਦੀ ਆਈ ਸੀ ਪ੍ਰੋਬਲਮ ਬਿਲਕੁਲ ਨਹੀਂ ਸੀ ਆਈ ਆਈ ਨਹੀਂ ਉਸ ਤੋਂ ਬਾਅਦ ਸਿਸਟਮ ਕਿਸ ਤਰ੍ਹਾਂ ਚੇਂਜ ਹੋਇਆ ਸਕੂਲਾਂ ਦੀ ਆਈ ਸੀ ਪ੍ਰੋਬਲਮ ਖਾਸ ਕਰਕੇ ਸਕੂਲ ਨੂੰ ਕਿੰਨਾ ਬਾਧਰ ਕਰ ਕਰਦੇ ਸੀ ਪਹਿਲਾਂ ਜੀ ਖਾਸ ਕਰਕੇ ਸਕੂਲ ਦੀ ਕਦੀ ਆਈ ਸੀ ਇਸ਼ੂ ਆਪਾਂ ਆਪਣੇ ਜਿਹੜੇ ਲੋਕਾਂ ਦੀ ਇੰਸਟੀਚਿਊਸ਼ਨ ਨੇ ਉਹਨੂੰ ਪ੍ਰੋਟੈਕਟ ਕਿਉਂ ਨਹੀਂ ਕਰਦੇ ਡਰਦੇ ਕਿਉਂ ਬਈ ਐਕਚੁਅਲੀ ਜਦੋਂ ਤੁਸੀਂ ਡਰਦੇ ਹੋ ਤੁਸੀਂ ਦੂਜਿਆਂ ਦੇ ਸਾਹਮਣੇ ਆਪਣੇ ਆਪ ਨੂੰ ਇਨ ਇਫੈਕਟਿਵ ਤੇ ਇਨੈਫੀਸ਼ੀਐਂਟ ਸ਼ੋ ਕਰਦੇ ਹੋ ਇਹ ਸੋਚਦੇ ਹੋ ਵੀ ਉਹ ਕਹਿਣਗੇ ਵੀ ਆਪਣੇ ਬਾਰੇ ਕਿਉਂ ਬੋਲਦਾ ਜਦੋਂ ਸਰੀ ਦੀ ਪਾਪੂਲੇਸ਼ਨ ਦੇ ਵਿੱਚ ਹੁਣ ਮੇਰੀ ਸਰੀ ਪੈਨਾਰਾਮਾ ਦੇ ਵਿੱਚ ਪਾਪੂਲੇਸ਼ਨ 48% ਨੇ ਵੋਟਰ ਪੰਜਾਬੀ ਨੇ ਸਾਊਥ ਏਸ਼ੀਆ ਤੇ 4 ਬਾਕੀ ਨੇ 30 uh, 25% ਜਿਹੜੇ ਮেইনਸਟ੍ਰੀਮ ਨੇ ਪਹਿਲਾਂ ਉਹ ਬਾਕੀ 5.33% ਸਾਰੇ ਕਲੈਕਟਿਵਲੀ ਤੇ ਸਾਰਿਆਂ ਲਈ ਬੋਲਣਾ ਪਰ ਕਈ ਇਸ਼ੂ ਨੇ ਜਿਹੜੇ ਲੋਕੀ ਕਹਿੰਦੇ ਨੇ ਬੋਲਦੇ ਕਿਉਂ ਨਹੀਂ ਕਮਿਊਨਿਟੀ ਬੇਸਡ ਵੀ ਕਈ ਇਸ਼ੂ ਹੁੰਦੇ ਨੇ ਹੁਣ ਜਿਸ ਤਰ੍ਹਾਂ ਇਹਨਾਂ ਨੇ ਮੈਂ ਤੁਹਾਡੇ ਮੇਰੇ ਖਾਲ ਸਟੇਸ਼ਨ ਤੇ 6 ਮਹੀਨੇ ਪਹਿਲਾਂ ਗੱਲ ਕੀਤੀ ਸੀ ਜੀ ਜੀ ਐਂਡ ਆਈ ਟੋਲਡ ਯੂ ਕਿ ਇਹਨਾਂ ਨੇ ਬੜਾ ਕਵਾਈਟਲੀ ਇੱਕ ਕਮਿਊਨਟੀ ਨੂੰ 6 ਮਿਲੀਅਨ ਡਾਲਰ ਪੇ ਕੀਤਾ ਜੀ 10 ਮਿਲੀਅਨ ਡਾਲਰ ਦਾ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡੇ ਲਈ ਸੈਂਟਰ ਆਫ ਐਕਸਲੈਂਸ ਬਣਾਵਾਂਗੇ। ਜੀ। ਇਲੈਕਸ਼ਨ ਤੋਂ 48 ਘੰਟੇ ਪਹਿਲਾਂ ਆ ਕੇ ਇੱਥੇ ਇਹਨਾਂ ਦਾ ਲੀਡਰ ਖੜਾ ਹੋ ਕੇ ਅਨਾਉਂਸ ਗਿਆ ਕਰਕੇ ਉਹਨੇ ਆਪ ਨਹੀਂ ਬੋਲਿਆ। ਜਿਹੜਾ ਕੈਂਡੀਡੇਟ ਖੜਾ ਮੇਰੇ ਵਰਫਲਾ ਉਹਨੇ ਨੇ ਕਿਹਾ ਵੀ ਅਸੀਂ ਤੁਹਾਡੇ ਲਈ ਇੱਕ ਮਿਊਜ਼ੀਅਮ ਬਣਾਵਾਂਗੇ। ਜੀ। ਤੇ ਮਿਊਜ਼ੀਅਮ ਸਾਢੇ 3 ਸਾਲ ਇਹਨਾਂ ਨੂੰ ਸਮਝ ਨਹੀਂ ਆਈ ਤੇ ਇਲੈਕਸ਼ਨ ਤੋਂ 48 ਘੰਟੇ ਪਹਿਲਾਂ ਇੱਕ ਮਿਊਜ਼ੀਅਮ ਦੀ ਗੱਲ ਹੋ ਗਈ ਸੋ ਮੈਂ ਸਮਝਣਾ ਵੀ ਮੇਰੀ ਕੈਂਡੀਡੇਸੀ ਦਾ ਤੇ ਸਾਡੇ ਗਰੁੱਪ ਦੀ ਐਕਟੀਵਿਟੀ ਦਾ ਆਲਰੇਡੀ ਅਸਰ ਪੈ ਗਿਆ ਹਸਪੀਟਲ ਦੀ ਕਮਿਟਮੈਂਟ ਡਬਲ ਟ੍ਰਿਪਲ ਕਰ ਲਈ ਉਹਨਾਂ ਨੇ ਅਸੀਂ ਵੀ ਡਬਲ ਟ੍ਰਿਪਲ ਕਰ ਲਈ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਇਹ ਬਣਾਵਾਂਗੇ ਅਸੀਂ ਮਿਊਜ਼ੀਅਮ ਅਸੀਂ ਕਿਹਾ ਕੋਈ ਕੋਈ ਇਸ਼ੂ ਨਹੀਂ ਬਣਾਓ ਜ਼ਰੂਰ ਬਣਾਓ ਵਾਈ ਨਾਟ ਕੋਈ ਅਸਾਂਤ ਨਹੀਂ ਕਰ ਕਰਨ ਲੱਗੇ ਜੀ ਜੀ ਇਥੇ ਕਰਨਾ ਪੈਣਾ ਇਹ ਦੀ ਜ਼ਰੂਰਤ ਤਾਂ ਤੇ ਬਣਨਾ ਚਾਹੀਦਾ ਇਹ ਇਹ ਨੈਸੈਸਿਟੀ ਇਹਦੇ ਬਾਰੇ ਕਿਉਂ ਨਹੀਂ ਸੋਚਦੇ ਸੈਂਟਰ ਆਫ ਐਕਸਲੈਂਸ ਕਿਉਂ ਨਹੀਂ ਬਣਾਉਂਦੇ ਬਾਕੀ ਕਮਿਊਨਿਟੀਆਂ ਦਾ ਕਿਉਂ ਨਹੀਂ ਪਾਰਟਿਸਪੇਸ਼ਨ ਹੈਗੀ ਸੋ ਵੈਨ ਇਹ ਅਸੀਂ ਲੋਕਾਂ ਨੂੰ ਡਿਵਾਈਡ ਨਹੀਂ ਕਰਨਾ ਅਖੀਰ ਤੇ ਆਕੇ ਜਦੋਂ ਮੌਕਾ ਆ ਗਿਆ ਉਦੋਂ ਤੁਸੀਂ ਕਹੋ ਵੀ ਆ ਚੰਗੇ ਨੇ ਆ ਮਾੜੇ ਨੇ ਟੈਕਸੀ ਇੰਡਸਟਰੀ ਦਾ ਆ ਗਰੁੱਪ ਠੀਕ ਹੈ ਆ ਗਰੁੱਪ ਠੀਕ ਨਹੀਂ ਟਰੱਕਿੰਗ ਇੰਡਸਟਰੀ ਅੰਧਿਆਨਾ ਗੱਲ ਕਰ ਲੋ ਅੰਧਿਆਰਾ ਬੰਦ ਕਰੋ ਸੋ ਇਹ ਗੱਲਾਂ ਸਾਡੀ ਸਰਕਾਰ ਬਣੇਗੀ ਮੇਰੇ ਹੁੰਦੇ ਆ ਦਵਿੰਦਰ ਇਕੱਲਾ ਨਹੀਂ ਹੋਣੀ ਆ ਤੁਸੀਂ ਮੈਨੂੰ ਜਦੋਂ ਮਰਜੀ ਆਪਣੀ ਕੋਚਾਰੀ ਜਾ ਕੇ ਖੜਾ ਕਰ ਲਿਓ ਐਂਡ ਆਈ ਵਿਲ ਸਟੈਂਡ ਵਾਟ ਆਈ ਸੇ ਐਂਡ ਜਿਹੜੀ ਐਸੇ ਕਰਕੇ ਜਿਹੜੀ ਕਵੈਂਟੀਟੀ ਦਾ ਮੇਰੇ ਤੇ ਆਸੇ ਮੈਂ ਉਹਨਾਂ ਦੀ ਆਸ ਨਹੀਂ ਤੋੜਨੀ ਮੈਂ ਉਹਨਾਂ ਦਾ ਆਪਣੀ ਪੋਲੀਟਿਕਲ ਐਸਪੀਰੇਸ਼ਨ ਨਹੀਂ ਮੈਂ ਗਰਬਟ ਨਹੀਂ ਕਰਨੀ ਸੋ ਕਿਉਂਕਿ ਹਜ਼ਾਰਾਂ ਲੋਕ ਸਾਡੀ ਮਦਦ ਕਰਦੇ ਪਏ ਨੇ ਬਾਕੀ ਰਾਈਟਿੰਗਾਂ 'ਚ ਫਰਕ ਪਿਆ ਸਰੀ ਦੀ ਵਿੱਚ ਜਿਹੜੀ ਕੈਂਪੇਨ ਨੇ BC ਦੀ ਲਿਬਰਲ ਪਾਰਟੀ ਨੂੰ ਇੱਕ ਬੜਾ ਵੱਡਾ ਇੰਜਨ ਦੇ ਰੂਪ 'ਚ ਅਸੀਂ ਕੰਮ ਕੀਤਾ ਡਾਕਟਰ ਸਾਹਿਬ ਹੁਣ ਇਹ ਦੱਸਿਓ ਮੈਂ ਵੇਖ ਰਿਹਾ ਕਿ ਸਮਾਂ ਵੀ ਆਪਣੇ ਕੋਲ 2.5 ਮਿੰਟ ਦਾ ਟਾਈਮ ਫਰੇਮ ਰਹਿ ਗਿਆ ਬਹੁਤ ਸਾਰੇ ਇਸ ਤਰ੍ਹਾਂ ਦੇ ਆਪਣੇ ਦਰਸ਼ਕ ਹੋਣਗੇ ਜਿਹੜੇ ਵੋਟਰ ਤਾਂ ਹੈਗੇ ਆ ਪਰ ਵੋਟ ਪਾਉਂ ਨਹੀਂ ਜਾਂਦੇ ਤੁਸੀਂ ਉਹਨਾਂ ਨੂੰ ਅਖੀਰ ਵਿੱਚ ਕੀ ਕਹੋਗੇ ਕਿਉਂਕਿ 24 ਅਕਤੂਬਰ ਇੱਕ ਇਸ ਤਰ੍ਹਾਂ ਦਾ ਦਿਨ ਹੈ ਜੀਨੇ bc ਦੇ ਲੋਕਾਂ ਦੀ 4 ਸਾਲ ਦੀ ਕਿਸਮਤ ਦੇ ਫੈਸਲੇ ਕਰਨੇ ਆ ਉਹ ਕਿਉਂ ਵੋਟ ਪਾਉਣ ਜਾਣ ਤੇ ਤੁਹਾਨੂੰ ਕਿਉਂ ਵੋਟ ਪਾਉਣ ਦੇਖੋ ਪਹਿਲੀ ਗੱਲ ਤੇ ਕਿ ਵੋਟ ਪਾਣੀ ਸਾਰੇ ਵਾਸਤੇ ਇੰਪੋਰਟੈਂਟ ਹੈ ਜਿਹੜਾ ਤੁਹਾਡੇ ਮਨ ਨੂੰ ਲੱਗਦਾ ਚੰਗਾ ਜਿਹੜਾ ਤੁਹਾਡੀਆਂ ਭਾਵਨਾਵਾਂ ਤੇ ਉਤਰਦਾ ਜਿਹੜੇ ਪਾਲਿਸੀ ਨਾਲ ਤੁਸੀਂ ਐਗਰੀ ਕਰਦੇ ਹੋ ਤੁਹਾਨੂੰ ਵੋਟ ਤੇ ਉਹਨਾਂ ਨੂੰ ਪਾਣੀ ਚਾਹੀਦੀ ਹੈ ਦਸਨ ਉਹ ਤੇ ਤੁਸੀਂ ਆਪਣੇ ਦਿਮਾਗ 'ਚ ਬਿਠਾ ਲਾ ਵੀ ਜਿਹੜੀ ਵੋਟ ਕਰ ਪਈ ਹੈ ਨਾ ਉਹ ਕਿਸੇ ਕੰਮ ਦੀ ਨਹੀਂ ਹੈ ਬਿਲਕੁਲ ਉਹ ਤੁਹਾਨੂੰ ਨੁਕਸਾਨ ਕਰੇਗੀ ਤੁਹਾਡੀ ਜਿਹੜੀ ਤਕਲੀਫ ਹੈ ਉਹਨੂੰ ਵਧਾ ਸਕਦੀ ਹੈ ਹਰ ਇੱਕ ਪਾਰਟੀ ਦਾ 100% ਤੇ ਕਿਸੇ ਦਿਨ ਉਤਰ ਉਤਰਨਾ ਕਈ ਇਸ਼ੂਜ਼ ਨੇ ਤੁਸੀਂ ਹੋ ਸਕਦਾ ਥੋੜਾ ਬੋਤਾ ਲਾਈਕ ਨਾ ਕਰੋ ਪਰ ਓਵਰ ਆਲ ਤੁਸੀਂ ਦੇਖਣਾ ਕਿਹੜੀ ਪਾਰਟੀ ਤੁਹਾਡੇ ਲਈ ਕਣੀ ਹੈ ਆਈ ਬਿਲੀਵ ਥੈਟ ਕਿ ਜਿਹੜੀ ਸਾਡੀ ਪਾਰਟੀ ਹੈ ਇਹ ਸੋਸ਼ਲ ਸਰਵਿਸਿਜ਼ ਨੂੰ ਮੇਨਟੇਨ ਰੱਖੇਗੀ ਹੈਲਥ ਨੂੰ ਮੇਨਟੇਨ ਕਰਨਾ এডੂਕੇਸ਼ਨ ਨੂੰ ਪ੍ਰੋਪਰ ਫੰਡਿੰਗ ਕਰਨਾ ਅਸੀਂ ਟੋਲ ਕਦੀ ਨਹੀਂ ਲਾਣੇ ਐਮਐਸਪੀ ਕਦੀ ਨਹੀਂ ਲਾਣੀ ਅਸੀਂ ਬ੍ਰਿਜ ਦੇ ਵਿੱਚ ਕੋਈ ਇਸ਼ੂ ਨਹੀਂ ਆਉਣ ਦੇਣਾ 10 ਲੇਨ ਬ੍ਰਿਜ ਬੰਨਣਾ ਹਸਪੀਟਲ ਬਣਾਉਣਾ ਇਹ ਸਾਰੀਆਂ ਮੇਰੀਆਂ ਕਮਿਟਮੈਂਟ ਨੇ ਬੇਸਡ ਔਨ ਫੈਕਟ ਕਿਉਂਕਿ ਸਰੀਦੀ ਇਹ ਐਕਸਪੈਕਟੇਸ਼ਨ ਦੇ ਨਾਲ ਨਾਲ ਬੜੀ-ਬੜੀ ਡਿਮਾਂਡ ਹੈ ਬੜੀ ਜ਼ਰੂਰਤ ਹੈ ਸੋ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਤੁਸੀਂ ਸਾਢੇ 3 ਸਾਲ ਬਾਕੀਆਂ ਦਾ ਕੰਮ ਵੇਖ ਲਿਆ ਸਾਢੇ 3 ਸਾਲ ਜਿਹੜਾ ਜਿਹੜੇ ਕੈਂਡੀਡੇਟ ਤੇ ਬਰਸਾ ਮੈਂ ਖੜਾ ਉਹਨਾਂ ਦਾ ਤੁਸੀਂ ਵੇਖ ਲਿਆ ਕੰਮ ਤੁਸੀਂ ਹੁਣ ਵੇਖਣਾ ਵੀ ਮੇਰੀ ਲਾਈਨ ਲੰਬੀ ਹੈ ਕਿ ਉਹਨਾਂ ਦੀ ਲਾਈਨ ਛੋਟੀ ਹੈ ਸੋ ਡਾਕਟਰ ਸਾਹਿਬ ਸਮਾਲਕ ਪੰਗ ਸਮਾਪਤਾ ਸਾਡੀਆਂ ਸ਼ੁਭ ਸ਼ਾਮਾ ਤੁਹਾਡੇ ਨਾਲ ਨੇ ਇਲੈਕਸ਼ਨ ਤੋਂ ਬਾਅਦ ਨਤੀਜੇ ਜੋ ਵੀ ਹੋਏ ਤੁਹਾਡੇ ਨਾਲ ਗੱਲਬਾਤ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਦੋਸਤੋ ਇਸ ਸੰਸਰੀ ਪੈਨੋਰਾਮਾ ਰਿ ਤੋਂ ਖੜੇ ਨੇ ਬੀਸੀ ਲਿਬਰਲ ਪਾਰਟੀ ਦੇ ਉਮੀਦਵਾਰ ਡਾਕਟਰ ਗੁਲਜ਼ਾਰ ਟੀਮਾ ਉਹਨਾਂ ਨੇ ਦੱਸਿਆ ਕਿ ਜੇਕਰ ਮੈਂ ਚੋਣ ਜਿੱਤ ਕੇ ਵਿਕਟੋਰੀਆ ਵਿੱਚ ਪਹੁੰਚਦਾ ਤੇ ਮੈਂ ਤੁਹਾਡੇ ਵਾਸਤੇ ਕੀ ਕਰਾਂਗਾ ਸੁਣ ਫੈਸਲਾ ਤੁਹਾਡੇ ਹੱਥ ਹੈ ਵੋਟ ਪਾਉਣ ਜ਼ਰੂਰ ਜਾਓ ਆਪਣੇ ਮਰਜ਼ੀ ਦੇ ਉਮੀਦਵਾਰ ਨੂੰ ਵੋਟ ਕਿਹਨੂੰ ਪਾਉਣੀ ਚਾਹੁੰਦੇ ਹੋ ਇਹ ਤੁਹਾਡੀ ਮਰਜ਼ੀ ਹੋਏਗੀ ਪਰ ਅਪੀਲ ਸਾਂਝਾ ਟੀਵੀ ਦੀ ਇਹੋ ਹੀ ਹੈ ਕਿ ਵੋਟ ਜਰੂਰ ਪਾਓ ਅਤੇ ਹੁਣ ਸਮੇਂ ਦੀ ਸਮਾਪਤੀ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ